ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਸੋ ਤੁਸੀਂ ਸਾਰੇ ਨੇ ਬਹੁਤ ਹੀ ਵਧੀਆ ਹੋਵੋਗੇ। ਵੈਲਕਮ ਟੂ ਆਰ ਯੂਟਿਊਬ ਚੈਨਲ ਵਿਪਲ ਕੌਰ ਏਟੀ, ਠੀਕ ਹੈ। ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ। ਮੈਂ ਨਾ ਕਿਸੇ ਵਲੋਗ ਦੇ ਵਿੱਚ ਕਹਿ ਦਿੱਤਾ ਹੋਣਾ ਵੀ ਮੈਂ ਨਾ ਜੂਨ ਦੇ ਐਂਡ 'ਚ ਔਫਰ ਲਾਊਂਗੀ ਵੀ ਸਾਰੀਆਂ ਭੈਣਾਂ ਜਿਹੜੀਆਂ ਆਪਣੇ ਪੇਕੇ ਜਾਣਗੀਆਂ, ਹੈ ਨਾ, ਸੋਰੀ ਜਾਣਗੀਆਂ ਅਤੇ ਵੀ ਉਹ ਮੇਰੇ ਤੋਂ ਸੂਟ ਬਾਏ ਕਰਨਗੀਆਂ, ਹੈ ਨਾ। ਅਤੇ ਇੰਨੀਆਂ ਭੈਣਾਂ ਦੇ ਮੈਨੂੰ ਮੈਸੇਜ ਆਏ ਪਏ, ਤੁਹਾਨੂੰ ਪਤਾ ਵੀ ਲਾਸਟ ਮੇਰੇ ਕਿੰਨੇ ਦਿਨ ਹੋ ਗਏ ਆਪਣਾ ਵਲੋਗ ਨਹੀਂ ਆਇਆ ਕਲੈਕਸ਼ਨ 'ਤੇ, ਹੈ ਨਾ, ਕਿਉਂਕਿ ਮੈਂ ਨਵੀਂ ਕਲੈਕਸ਼ਨ ਲੈ ਕੇ ਨਹੀਂ ਸੀ ਆਉਂਦੀ ਅਤੇ ਜਿਹੜੇ ਥੋੜ੍ਹਾ ਮੇਰਾ ਆਪਦਾ ਕੰਮ ਕਾਰ ਚੱਲੀ ਜਾਂਦੇ ਸੀਗੇ ਅਤੇ ਬਾਕੀ ਜਿਹੜੀ ਨਵੀਂ ਕਲੈਕਸ਼ਨ ਲਿਆਉਂਦੀ ਸੀਗੀ ਉਹ ਮੈਂ ਨਾ ਸੂਟ ਰੈਡੀ ਕਰਵਾਈ ਜਾਂਦੀ। ਜਦੋਂ ਮੈਂ ਰੈਡੀ ਕਰਵਾਊਂਗੀ ਫਿਰ ਉਦੋਂ ਮੈਂ ਤੁਹਾਨੂੰ ਸਾਰੇ ਸ਼ੋਅ ਕਰੂੰਗੀ, ਕਿਉਂਕਿ ਅੱਜ ਦੇ ਸੂਟਾਂ ਦਾ ਪਤਾ ਨਹੀਂ ਲੱਗਦਾ ਵੀ ਕਿੱਦਾਂ ਰੈਡੀ ਹੋਣਗੇ, ਹੈ ਨਾ। ਤਾਂ ਕਰਕੇ ਮੈਂ ਕੋਈ ਵਲੌਗ ਨਹੀਂ ਲੈ ਕੇ ਆ ਰਹੀ ਸੀ। ਕੁਛ ਹੈਂਡ ਵਰਕ ਮਸ਼ੀਨ ਵਰਕ ਤਾਂ ਚੱਲਦਾ ਰਹਿੰਦਾ ਇਹਦੇ 'ਚ, ਉਹ ਚੱਲਦਾ ਰਹਿੰਦਾ, ਉਹ ਥੋੜ੍ਹਾ ਜਿਹਾ ਜ਼ਿਆਦਾ ਚੱਲੀ ਜਾਂਦਾ ਹੁਣ ਆਪਣਾ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ, ਜਿਹੜਾ ਆਪਣਾ ਬੁਟੀਕ ਵਾਲਾ ਕੰਮ ਬਹੁਤ ਵਧੀਆ ਚੱਲੀ ਜਾਂਦਾ। ਬਾਕੀ ਜਿਨ੍ਹਾਂ ਨੇ ਤੁਸੀਂ ਵੀ ਜਿਹੜੇ ਆਪਣੇ ਤੋਂ ਆਰਡਰ ਕਰਦੇ ਹੋ ਨਾ, ਥੈਂਕ ਯੂ ਸੋ ਮੱਚ। ਅਤੇ ਮੈਂ ਸੋਚਿਆ ਵੀ ਚਲੋ ਆਪਾਂ ਵੱਡੀ ਔਫਰ ਲਾ ਲਈਏ ਜਿਹੜੀ ਮੈਂ ਹਜੇ ਤੱਕ ਨਹੀਂ ਸੀ ਲਾਈ, ਹੈ ਨਾ। ਚਲੋ ਅੱਜ ਆਪਾਂ ਉਹ ਔਫਰ ਲਾਉਣ ਲੱਗੇ ਹਾਂ। ਅਤੇ ਇੱਕ ਗੱਲ ਹੋਰ, ਜਿਹੜੀ ਜਦੋਂ ਹੀ ਤੁਸੀਂ ਵਲੌਗ ਦੇਖੋਗੇ ਨਾ, ਮੇ ਬੀ ਅੱਜ ਹੀ ਆਜੂਗਾ ਇਹ ਵਲੌਗ, ਅਤੇ ਜਦੋਂ ਹੀ ਤੁਸੀਂ ਵਲੌਗ ਦੇਖ ਲਿਆ ਤੁਸੀਂ ਆਪਣੇ ਆਰਡਰ ਪਲੇਸ ਕਰ ਦੇਣੇ, ਕਿਉਂਕਿ ਫਿਰ ਜੇ ਔਫਰ 'ਤੇ ਕਈ ਵਾਰੀ ਸੂਟ ਕੀ ਹੈ ਵੀ ਉਹਦੇ ਸੂਟ ਸੇਲ ਹੋ ਜਾਂਦੇ ਆ ਕੋਈ ਦੋ ਵੀ, ਹੈ ਨਾ। ਅਤੇ ਤਾਂ ਕਰਕੇ ਮੈਂ ਤੁਹਾਨੂੰ ਕਹਿਣੀ ਵੀ ਤੁਸੀਂ ਉਹਦੀ ਆਪਣਾ ਆਰਡਰ ਪਲੇਸ ਕਰ ਲਿਓ। ਅਤੇ ਅਗਲੀ ਗੱਲ, ਇਹ ਔਫਰ ਆਪਣੀ ਲਾਸਟ ਔਫਰ ਹੋ ਗਈ ਅਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਰੱਖੜੀ ਦੇ ਔਫਰ। ਉਦੋਂ ਚਲੋ ਦੇਖਾਂਗੇ ਆਪਾਂ ਕਿਵੇਂ ਦੇ ਸੂਟ ਲੈ ਕੇ ਆਉਣੇ, ਵਰਕ ਵਾਲੇ ਲੈ ਕੇ ਆਉਣੇ, ਜੋ ਵੀ ਹੋਣਗੇ ਉਹ ਆਪਾਂ ਉਦੋਂ ਦੱਸਾਂਗੇ। ਇਹ ਆਪਣੀ ਲਾਸਟ ਔਫਰ, ਇਹ ਤੋਂ ਬਾਅਦ ਕੋਈ ਔਫਰ ਨਹੀਂ ਲੱਗੂ, ਕੋਈ ਸੇਲ ਨਹੀਂ ਲੱਗੂਗੀ। ਆਪਣੇ ਜਿਹੜੇ ਰੈਗੂਲਰ ਬੇਸਿਸ 'ਤੇ ਸੂਟ ਲੈ ਕੇ ਆਉਣੇ ਆਪਾਂ ਉਹੀ ਸੇਲ ਕਰਾਂਗੇ, ਠੀਕ ਹੈ। ਅਤੇ ਜਿਹਨਾਂ ਜਿਹਨਾਂ ਨੇ ਲੁਫਤ ਉਠਾਉਣਾ ਤਾਂ ਇਸ ਸੇਲ ਦਾ ਉਠਾ ਲਓ, ਠੀਕ ਹੈ। ਸਭ ਤੋਂ ਪਹਿਲੇ ਸਾਰੇ ਸੂਟਾਂ ਦਾ ਪ੍ਰਾਈਜ਼ ਰਹੇਗਾ 650। ਹਾਂ, ਸੂਟ ਦਾ ਪ੍ਰਾਈਜ਼ ਵੀ ਰਹੇਗਾ 650। ਇਹ ਹੈਗੇ ਕਾਫੀ ਨਾਲ ਮੈਚਿੰਗ ਵੀ ਪੜਗਾ। ਹਾਂਜੀ, ਇਹ ਕਾਫੀ ਨਾਲ ਮੈਚਿੰਗ ਆ। ਨੈਕਸਟ ਵਨ ਹੈਗਾ ਆਲ ਓਵਰ 650। ਨੈਕਸਟ ਵਨ ਹੈਗਾ ਆਲ ਓਵਰ 650। ਕਾਟਨ ਦੇ ਸੂਟ ਆ ਬਈ ਸਾਰੇ 650। ਇਹ ਬਸ ਆਪਣੇ ਕੋਲ ਪੈਂਡਿੰਗ ਰਹਿ ਗਏ ਅਤੇ ਬਾਕੀ ਜਿਹੜੀਆਂ ਭੈਣਾਂ ਦੇ ਮੈਸੇਜ ਆਉਂਦੇ ਸੀਗੇ ਫਿਰ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਚੱਲ 650। ਅਤੇ ਹੁਣ ਆਹ ਵਾਲੇ ਸੂਟ ਫਿਰ ਆਪਾਂ ਪਹਿਲਾਂ 1000 ਦੇ ਸੇਲ ਕੀਤੇ ਸੀਗੇ, ਚਲੋ ਹੁਣ ਆਪਾਂ 800 'ਚ ਸੇਲ ਕਰਦੇ ਨੇ। ਜਿਹੜੀਆਂ ਭੈਣਾਂ ਨੇ ਬਾਏ ਕਰਨੇ ਤੁਸੀਂ ਵਰਗੇ ਬਾਏ ਕਰ ਸਕਦੇ ਹੋ। ਬੋਟਮ ਵਰਕ ਇਹ ਬੋਟਮ ਵਰਕ ਵੀ ਮਤਲਬ ਆਪਾਂ ਆਪ ਖੁਦ ਤਿਆਰ ਕਰਵਾਇਆ, ਇਹ ਆਏ ਨੇ ਵੀ ਆਪਾਂ ਲੈ ਕੇ ਆਏ। ਹਾਂ ਹਾਂ, ਸਟਾਫ ਬਹੁਤ ਵਧੀਆ ਬਈ, ਆਪਾਂ ਹੀ ਤਿਆਰ ਕਰਾਇਆ, ਤੁਸੀਂ ਪਹਿਲਾਂ ਵਲੌਗਾਂ 'ਚ ਦੇਖੇ ਹੋਣਗੇ। ਇਹਨਾਂ ਦਾ ਪ੍ਰਾਈਜ਼ ਹੈਗਾ 800 ਹੀ, ਠੀਕ ਹੈ। ਉਸ ਤੋਂ ਬਾਅਦ 650, 650, 650। ਇਹ ਸਾਰੇ ਕਾਟਨ ਦੇ ਸੂਟ ਆ, ਠੀਕ ਹੈ। ਕਾਟਨ ਤੋਂ ਵੱਖਰਾ ਕੋਈ ਸੂਟ ਨਹੀਂ ਹੈਗਾ। ਆਹ ਸੂਟ ਦਾ ਪ੍ਰਾਈਜ਼ ਰਹੂਗਾ 800, ਠੀਕ ਹੈ। ਅਤੇ ਬਾਕੀ ਸਾਰੇ ਆਪਣੇ 650 ਸੌ ਵੀ ਆ। ਆਪਣੇ ਕੋਲ ਮੈਚਿੰਗ ਆ, ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਆਹ ਸੂਟ 650 ਦਾ, ਅਤੇ ਮੈਚਿੰਗ ਨਾਲ ਵੀ ਲੈ ਸਕਦੇ ਹੋ, ਕਿਉਂਕਿ ਜਿਹੜੇ ਦੋ ਸੂਟ ਹੁੰਦੇ ਉਹ ਆਪਾਂ ਆਲ ਓਵਰ ਵੀ ਦੇ ਦਿੰਦੇ ਹਾਂ, ਹੈ ਨਾ। ਜਦੋਂ ਇੱਕ ਇੱਕ ਸੂਟ ਹੁੰਦਾ ਫਿਰ ਆਹ ਦੇਖ ਲਓ, ਇਹ ਵੀ 650 ਦਾ ਗ੍ਰੀਨ ਨਾਲ ਮੈਚਿੰਗ ਆ, ਆਹ ਵੀ ਗ੍ਰੀਨ ਨਾਲ ਮੈਚਿੰਗ 650। ਆਹ ਵੀ ਗ੍ਰੀਨ ਨਾਲ ਮੈਂ, ਹਾਂ ਨਹੀਂ ਆ, ਆਹ ਰੈੱਡ ਨਾਲ ਮੈਚਿੰਗ 650। ਸਾਰਿਆਂ 'ਤੇ ਔਫਰ ਲਾ ਤੀ, ਕੋਈ ਮਰਜ਼ੀ ਤੁਸੀਂ ਪਿੱਕ ਕਰ ਸਕਦੇ ਹੋ। ਅਤੇ ਮੇਰੇ ਅਕੋਰਡਿੰਗ ਤੁਹਾਨੂੰ 2-3 ਸੂਟ ਲੈਣੇ ਚਾਹੀਦੇ ਆ, ਬਟ ਇਹਨਾਂ ਨਾਲ ਕੋਈ ਸ਼ਰਟ ਫ੍ਰੀ ਨਹੀਂ, ਕਿਉਂਕਿ ਆਪਾਂ ਰੇਟ ਹੀ ਜਿਹੜਾ ਉਹਦਾ ਲੈਸ ਕਰਕੇ ਲਾਤਾ, ਤਾਂ ਕਰਕੇ ਕੋਈ ਇਹਦੇ ਨਾਲ ਸ਼ਰਟ ਨਹੀਂ ਫ੍ਰੀ। ਆਹ ਸੂਟ ਦਾ ਪ੍ਰਾਈਜ਼ ਹੋਊਗਾ 650। ਆਹ ਜਾਮ ਕਾਟਨ ਨਹੀਂ ਹੁੰਦੀ, ਗ੍ਰੇਸ ਕਾਟਨ, ਉਹਦੀ ਸ਼ਰਟ ਹੈ। ਆਲ ਓਵਰ ਸੂਟ ਵੀ ਲੈ ਸਕਦੇ ਹੋ, ਮੈਚਿੰਗ ਵੀ ਲੈ ਸਕਦੇ ਹੋ, ਪ੍ਰਾਈਜ਼ ਹੋਊਗਾ 650। ਆਪਣੇ ਕੋਲ 2 ਸੂਟ ਆ, ਇਹਨਾਂ ਦਾ ਪ੍ਰਾਈਜ਼ ਵੀ ਰਹੂਗਾ 650।
ਤੁਸੀਂ ਆਪਣਾ ਜਿਹੜਾ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਤੇ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ। ਹੁਣ ਤਾਂ ਚਾਹੇ ਤੁਸੀਂ 400-500 ਸੂਟ ਵੀ ਲੈ ਸਕਦੇ ਹੋ ਇਹਨਾਂ ਚੋਂ, ਕਿਉਂਕਿ ਏਡੀ ਤਕੜੀ ਆਫਰ ਲਾਤੀ। ਠੀਕ ਹੈ, ਆਹ ਵੀ ਹੈਗੀ ਬੋਟਮ, ਇਹ ਰਾਤ ਕਿਸੇ ਭੈਣ ਨੇ ਲੈ ਲਿਆ ਇੱਕ ਸੂਟ ਤਾਂ, ਹਾਂ ਤੇ ਇੱਕ ਰਹਿ ਗਿਆ 650। ਠੀਕ ਹੈ, ਅੰਦਰ ਉਹ ਸੂਟ ਫੜਾਈ। ਹਾਂਜੀ, ਤੇ ਜਿਹੜੇ ਆਪਣੇ ਆਹ 2x2 ਦੀਆਂ ਸ਼ਰਟਾਂ ਵਾਲੇ ਸੀਗੇ, ਇਹ ਸੂਟਾਂ ਦਾ ਪ੍ਰਾਈਜ਼ ਵੀ ਆਪਾਂ 650, ਮਤਲਬ ਸਾਰੇ ਇਕੁਅਲ ਟੂ ਹੀ ਰੱਖਦੇ, ਕਿਸੇ 'ਚ ਕੋਈ ਉਹ ਨਹੀਂ ਹੈਗਾ। 650 ਆਹ ਸਾਰੇ ਸੂਟਾਂ ਦਾ ਪ੍ਰਾਈਜ਼ ਹੋਊਗਾ 650। ਤੁਸੀਂ ਇਹਨਾਂ 'ਚੋਂ ਕੋਈ ਸ਼ਰਟਾਂ ਵੀ ਬਾਏ ਕਰ ਸਕਦੇ ਹੋ, ਅਤੇ ਤੁਸੀਂ ਆਲ ਓਵਰ ਸੂਟ ਵੀ ਬਾਏ ਕਰ ਸਕਦੇ ਹੋ, ਮੈਚਿੰਗ ਸੂਟ ਵੀ ਬਾਏ ਕਰ ਸਕਦੇ ਹੋ, ਚੋਇਸ ਇਜ਼ ਯੂਅਰਸ। ਉਸ ਤੋਂ ਬਾਅਦ ਜਿਹੜੀਆਂ ਸ਼ਰਟਾਂ ਦਾ ਪ੍ਰਾਈਜ਼ ਹੋਊਗਾ, ਜਿਵੇਂ ਆਪਣਾ ਪਹਿਲਾਂ ਸੀਗਾ 1000 ਦੀਆਂ 3 ਸ਼ਰਟਾਂ ਹੋਣਗੀਆਂ। ਠੀਕ ਹੈ, ਇਹਨਾਂ 'ਚੋਂ ਵੀ ਤੁਸੀਂ ਸ਼ਰਟਾਂ ਬਾਏ ਕਰ ਸਕਦੇ ਹੋ, ਅਤੇ ਇੱਕ ਸ਼ਰਟ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਵੀ ਆਪਣੇ ਕੋਲ ਆਹ ਸ਼ਰਟ ਪੈਂਡਿੰਗ ਆ, 2-3-4-5 ਸ਼ਰਟਾਂ ਪੈਂਡਿੰਗ ਆ ਬਸ ਆਪਣੇ ਕੋਲ। ਇਹ ਦੇਖੀ ਨਾ ਅੰਦਰ ਸਾਰੀਆਂ ਲਿਖੀ ਜਾਂਦੀਆਂ, ਆ ਵਾਈਟ ਨਾਲ ਮੈਚਿੰਗ, ਵਾਈਟ ਚਿਕਨ ਦੀ ਬਾਟਮ ਨਾਲ ਵੀ ਤੁਸੀਂ ਮੈਚ ਕਰ ਸਕਦੇ ਹੋ। ਠੀਕ ਹੈ, ਇਹ ਆਪਣੇ ਕੋਲ 1-2-3-4-5-6-7-8-9 9 ਆਪਣੇ ਕੋਲ ਸ਼ਰਟਾਂ ਨੇ, 3000 ਦੀਆਂ ਸ਼ਰਟਾਂ ਜੇ ਕਿਸੇ ਨੇ ਲੈਣੀਆਂ ਤਾਂ 9 ਦੀਆਂ 9 ਹੀ ਲੈ ਲਓ। ਠੀਕ ਹੈ, ਜਿਹੜੇ ਨੇ 3000 ਦੀਆਂ ਸ਼ਰਟਾਂ ਲਈਆਂ 9 ਦੀਆਂ 9 ਉਹਨਾਂ ਨੂੰ ਸ਼ਿਪਿੰਗ ਫ੍ਰੀ। ਠੀਕ ਹੈ, ਇਹ ਆਪਣੇ ਕੋਲ ਸ਼ਰਟਾਂ ਨੇ, ਇਹ ਆਪਣੇ ਕੋਲ ਸੂਟ ਆ, ਸੂਟ ਹੈਗਾ 650 ਦੇ ਇੱਕ, ਅਤੇ ਬੋਟਮ ਵਰਕ ਵਾਲਾ ਆਪਣਾ 800 ਦਾ ਸੂਟ ਹੈ, ਅਤੇ ਸ਼ਰਟ ਹੈਗਾ 1000 ਦਾ ਪੈਣ। ਉਸ ਤੋਂ ਬਾਅਦ ਇਹ ਜਿਹੜਾ ਸੀਗਾ ਆਪਣਾ ਓਲਡ ਸਟਾਕ ਪਿਆ ਸੀਗਾ, ਆਪਾਂ ਇਹਨਾਂ ਨੂੰ ਔਫਰ 'ਤੇ ਲਾਇਆ। ਤੁਸੀਂ ਜਲਦੀ ਜਲਦੀ ਜਾਓ ਅਤੇ ਜਿਹੜੇ ਮੈਨੂੰ ਸਕਰੀਨਸ਼ਾਟ ਆ ਸਿਸਟਰ ਲਿਬਾਸ 11 'ਤੇ, ਜਾਂ ਫਿਰ ਮੇਰੇ ਕੰਟੈਕਟ ਨੰਬਰ ਅਮਰਿੰਦਰ ਉੱਤੇ ਮੈਨਸ਼ਨ ਕਰ ਦੂੰਗੀ, 9-782-7-3-8-14 'ਤੇ ਆਪਣਾ ਜਾ ਕੇ ਔਡਰ ਪਲੇਸ ਕਰ ਸਕਦੇ ਹੋ। ਠੀਕ ਹੈ, ਇਹ ਦੂਸਰਾ ਮੇਰੇ ਅਕੋਰਡਿੰਗ ਤਾਂ ਅੱਜ ਹੀ ਸੇਲ ਹੋ ਜਾਣਗੇ, ਕਿਉਂਕਿ ਏਡੀ ਘੱਟ ਔਫਰ ਤਾਂ ਹਰੇਕ ਹੀ ਉਠਾ ਲੈਂਦਾ ਹੈ। ਹਾਂ, ਕੋਈ ਹੋਰ ਨਾ ਲਾਵੇ, ਹੈ ਨਾ। ਜਿਹੜੇ ਇਹ ਵਾਲੇ ਸੂਟ ਸੀ, ਇਹ ਸਾਰੇ ਸੂਟ ਆਪਾਂ ਔਫ 'ਤੇ ਲਾਏ ਹੋਏ, ਤੁਸੀਂ ਜਿੱਦਾਂ ਤੁਹਾਨੂੰ ਪਹਿਲਾਂ ਵਲੌਗ 'ਚ ਦੱਸਤਾ, ਆਪਣਾ ਔਡਰ ਪਲੇਸ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਨੈਕਸਟ ਆਪਣੇ ਕੋਲ ਆਏ ਆ, ਇਹ ਥੋੜ੍ਹੇ ਕੋਸਟਲੀ ਜਿਹੇ ਸੂਟ, ਇਹ ਆਪਣੇ ਕੋਲ ਲਿਥਾਈ ਕੋਟਨ 'ਤੇ ਆਏ ਆ। ਸਾਰੇ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਸਾਰਿਆਂ ਦਾ ਮੈਂ ਪ੍ਰਾਈਜ਼ ਦੱਸ ਦਿੰਦੀ ਹਾਂ, ਜਿਹੜੇ ਜਿਹੜੇ ਤੁਸੀਂ ਲੈਣੇ ਹੋਏ ਤਾਂ ਤੁਸੀਂ ਲੈ ਸਕਦੇ ਹੋ। ਠੀਕ ਹੈ, ਸਭ ਤੋਂ ਪਹਿਲਾ ਸੂਟ ਆਪਣਾ ਇਹ ਵਾਲਾ, ਪ੍ਰਿੰਟ ਚੈੱਕ ਕਰੋ ਤੁਸੀਂ, ਅਤੇ ਇਹ ਸੂਟ ਦਾ ਪ੍ਰਾਈਜ਼ ਰਹੂਗਾ 900। ਵੈਸੇ ਤਾਂ ਇਹ ਸੂਟ ਕੋਸਟਲੀ ਹੈ, ਬਟ ਇਹ ਨਾ 3.5 ਮੀਟਰ ਦਾ ਸੂਟ ਬਣਦਾ, ਪਰ ਇਹ 3.40 ਹੈ, ਤਾਂ ਕਰਕੇ ਥੋੜ੍ਹਾ ਜਿਹਾ ਕੱਪੜਾ ਘੱਟ ਆ, ਤਾਂ ਕਰਕੇ ਮੈਂ 900 ਦਾ ਲਗਾ ਰਹੀ ਹਾਂ। ਬਹੁਤ ਜ਼ਿਆਦਾ ਸੋਹਣਾ ਸਟੱਫ ਆ, ਤੁਸੀਂ ਮੇਰੇ ਤੋਂ ਵੀ ਰੈਡੀ ਕਰਵਾ ਸਕਦੇ ਹੋ, ਆਪਣੇ ਆਪ ਵੀ ਰੈਡੀ ਕਰ ਸਕਦੇ ਹੋ, ਅੰਦਰ ਦਿਖਾ ਦੇ ਸਕਰੀਨਸ਼ਾਟ ਲੈ ਲੈਣਗੇ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਆ 2 ਸੂਟ ਆ ਗਏ। ਇਹ ਸੂਟਾਂ ਦਾ ਪ੍ਰਾਈਜ਼ ਹੋਊਗਾ 1000, ਮਤਲਬ 2000 ਦੇ 2 ਸੂਟ ਪੈਣਗੇ। ਠੀਕ ਹੈ, ਤੁਸੀਂ ਇਹ ਲੈ ਸਕਦੇ ਹੋ, ਅਤੇ ਪ੍ਰਿੰਟ ਚੈੱਕ ਕਰ ਲਓ, ਕਰਵਾਤਾ, ਬਹੁਤ ਜ਼ਿਆਦਾ ਸੋਹਣਾ ਫੈਬਰਿਕ ਆ ਇਹ। ਉਸ ਤੋਂ ਬਾਅਦ ਨੈਕਸਟ ਸੂਟ ਆਇਆ, ਦੇਖੋ ਇੰਨਾ ਸੋਹਣਾ ਪ੍ਰਿੰਟ ਆ, ਆਲ ਓਵਰ ਸੂਟ ਆ, ਤੁਸੀਂ ਬਾਏ ਕਰ ਸਕਦੇ ਹੋ, ਪ੍ਰਾਈਜ਼ ਰਹੂਗਾ 1000। ਉਸ ਤੋਂ ਬਾਅਦ ਨੈਕਸਟ ਦੇਖੋ, ਕਰੋ ਚੈੱਕ, ਲਿਖਾਈ ਕੋਟਨ ਦੇ ਪ੍ਰਿੰਟ ਇੰਨੇ ਸੋਹਣੇ ਸੋਹਣੇ ਆਏ ਨਾ, ਇਹ ਸੂਟ ਦਾ ਪ੍ਰਾਈਜ਼ ਵੀ ਰਹੂਗਾ 1000। ਉਹ ਦਾ ਦੇਖੋ, ਆਹ ਸੂਟ ਦਾ ਪ੍ਰਾਈਜ਼ ਵੀ ਰਹੂਗਾ 1000, ਦਿਖਾ ਦਿਓ ਅੰਦਰ, ਪ੍ਰਿੰਟ ਚੈੱਕ ਕਰੋ। ਰੈੱਡ ਨਾਲ ਵੀ ਕੰਬੀਨੇਸ਼ਨ ਕਰ ਸਕਦੇ ਹੋ, ਗ੍ਰੀਨ ਨਾਲ ਵੀ ਕਰ ਸਕਦੇ ਹੋ, ਪੀਚ ਨਾਲ ਵੀ ਕਰ ਸਕਦੇ ਹੋ, ਆਲ ਓਵਰ ਵੀ, ਆਲ ਓਵਰ ਵੀ ਆਪਣੇ ਸੂਟ ਦਾ ਸੱਚ ਲੈਸ ਵਗੈਰਾ ਦਾ, ਲੈਸ ਵਗੈਰਾ ਲਗਾ ਕੇ ਦੁਪੱਟਾ ਕਰਾ ਕੇ, ਹੈ ਨਾ, ਸੂਟ ਆਪਣੇ ਕੋਲ ਆਲ ਓਵਰ ਹੀ ਹੈ। ਉਸ ਤੋਂ ਬਾਅਦ ਆਹ ਚੈੱਕ ਕਰੋ, ਇੰਨਾ ਹੈਵੀ ਕੱਪੜਾ ਨਾ, ਦੇਖੋ ਕੀ ਬਣੇ ਅੰਦਰ। ਹਾਂਜੀ, ਅਤੇ ਨੈਕਸਟ ਸੂਟ ਆਪਣਾ ਆਹ ਅੰਦਰ, ਇਹਦੇ ਕੀ ਬਣੇ ਹੋਏ ਭਾਲੂ ਜੀ, ਪੋਲਰ ਵੀ ਆ,
ਆ ਵੀ ਆਪਣਾ ਲਥਾਈ ਕਾਟਨ ਦਾ ਪ੍ਰਿੰਟ ਆ, ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹ, ਇਹਦਾ ਪ੍ਰਾਈਸ ਵੀ ਰਹੂਗਾ 1000। ਇਹਨੂੰ ਤੁਸੀਂ ਕਿਵੇਂ ਮਰਜ਼ੀ ਮੈਚ ਗ੍ਰੇ ਨਾਲ ਮੈਚ ਕਰਕੇ ਬਣਾ ਸਕਦੇ ਹੋ, ਤੇ ਮੇਰੇ ਹਿਸਾਬ ਨਾਲ ਤਾਂ ਆ ਜਾਸਟ ਵਗੈਰਾ ਜਿਵੇਂ ਨਾਲ ਮਰਜ਼ੀ ਕਰ ਸਕਦੇ। ਹਾਂ, ਉਸ ਤੋਂ ਬਾਅਦ ਆ ਦੇਖੋ, ਚੈੱਕ ਕਰ ਤੂੰ ਮਿੱਤਰਾਂ ਦਾ ਪ੍ਰਿੰਟ ਸੋਹਣੀ ਚੈੱਕ ਕਰ, ਠੀਕ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਆ ਵਾਲਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ, ਇਹਨੂੰ ਆਪਾਂ ਫਰੋਜ਼ੀ ਨਾਲ ਫਰੋਜ਼ੀ ਨਾਲ ਵੀ ਮੈਚ ਕਰ ਸਕਦੇ ਹਾਂ, ਰੈੱਡ ਨਾਲ ਵੀ ਮੈਚ ਕਰ ਸਕਦੇ ਹਾਂ। ਕੀ ਕਰਦਾ ਹੈ ਖਾ ਕੇ ਜੀ ਉਲਟੀ ਹੁੰਦੀ ਆ, ਪਰ ਬਰਫ ਵਾਲੀ ਚੀਜ਼ ਖਾ ਕੇ ਤਾਂ ਉਲਟਦੀ ਹੁੰਦੀ, ਫਿਰ ਤੂੰ ਹੀ ਉਲਟੀ ਹੁੰਦੀ। ਚਲੋ ਕੋਈ, ਠੀਕ ਹੈ, ਇਹ ਸਾਰੇ ਸੂਟਾਂ ਦਾ ਪ੍ਰਾਈਜ਼ ਰਹੂਗਾ 1000, ਇਹ ਸੂਟ ਦਾ ਪ੍ਰਾਈਜ਼ ਰਹੂਗਾ 900 ਸਿਰਫ, ਠੀਕ ਹੈ। ਉਸ ਤੋਂ ਬਾਅਦ ਠੀਕ ਠੀਕ ਹੈ ਠੀਕ ਹੈ, ਸਾਰੇ ਜਣੇ ਕਮੈਂਟ ਕਰੋ ਠੀਕ ਹੈ। ਹਾਂਜੀ, ਅਤੇ ਕਈ ਭੈਣਾਂ ਦੇ ਮੈਸੇਜ ਆਉਂਦੇ ਸੀ ਵੀ ਤੁਸੀਂ ਥੋੜ੍ਹੇ ਲਾਈਟ ਕਲਰ ਸੂਟ ਲੈ ਕੇ ਆਓ, ਵੀ ਮੰਮੀ ਕਈ ਲਾਈਟ ਪਾਉਂਦੀਆਂ, ਹੈਨਾ, ਫਿਰ ਆਪਾਂ ਜਾਂ ਕਿਸੇ ਨੇ ਆਪਣੀ ਦਾਦੀ ਲਈ ਲੈਣਾ, ਦਾਦੀ ਲਈ ਲੈਣਾ, ਆਪਾਂ ਮੱਦੇ ਨਜ਼ਰ ਰੱਖਦੇ ਹੋਏ ਤੇ ਇੰਨੇ ਸੋਹਣੇ ਸੂਟ ਲੈ ਕੇ ਆਏ ਹਾਂ। ਇਹ ਸੂਟਾਂ ਦਾ ਸਾਰਿਆਂ ਦਾ ਪ੍ਰਾਈਸ ਰਹੂਗਾ 1000, ਤੇ ਤੁਸੀਂ ਪ੍ਰਿੰਟ ਚੈੱਕ ਕਰ ਲਓ, ਦਿਖਾਓ ਵੀ ਲਥਾਈ ਕਾਟਨ ਦੇ ਸੂਟ ਆ, ਸਕਰੀਨਸ਼ਾਟ ਇਹਦਾ ਤਾਂ ਲੈ ਲੈਂਦੇ, ਫਿਰ ਮੈਂ ਤਾਂ ਕਰਕੇ ਰੱਖਿਆ ਸੀ। ਅੱਛਾ, ਨੈਕਸਟ ਵਨ ਇਜ਼ ਫੋਰ ਦਾਦੀ, ਚੈੱਕ ਨਿੱਕੀ ਬੂਟੀ, ਨਿੱਕੀ ਬੂਟੀ ਬਹੁਤ ਸੋਹਣਾ ਫੈਬਰਿਕ ਆ, ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਦਿਓ ਤੇ ਆਪਣਾ ਆਰਡਰ ਜਿਹੜਾ ਪਲੇਸ ਕਰ ਦਿਓ। ਉਸ ਤੋਂ ਬਾਅਦ ਦੇਖੋ, ਆਹ ਸੂਟ ਵੈਸੇ ਕਈ ਕੁੜੀਆਂ ਵੀ ਬਣਾ ਲੈਂਦੀਆਂ ਆ, ਉਨੀ ਦਿਨ ਰੱਖ ਦਿਓ, ਜਿਹੜੀਆਂ ਥੋੜ੍ਹੀ ਹੋਪਾ ਜਿਹਦੇ ਲਾਈਟ ਕਲਰ 'ਚ ਰੱਖਦੀਆਂ ਨਾ, ਉਹ ਬਣਾ ਸਕਦੀਆਂ, ਇਹਨੂੰ ਪਿੰਕ ਨਾਲ ਵੀ ਮੈਚ ਕਰ ਸਕਦੇ ਆਪਾਂ, ਯੈਲੋ ਨਾਲ ਵੀ ਕਰ ਸਕਦੇ, ਪੀਚ ਨਾਲ ਵੀ ਕਰ ਸਕਦੇ, ਜਿੱਦਾਂ ਮਰਜ਼ੀ, ਜਿਹਦਾ ਮਤਲਬ ਕਿਸੇ ਨੇ ਬਜ਼ੁਰਗ ਨੇ ਬਣਾਉਣਾ ਫਿਰ ਤਾਂ ਹੀ ਬਣਾ ਲੈਣਗੇ ਚਿੱਟੇ ਨਾਲ ਹੀ, ਅਤੇ ਜੇ ਕਿਸੇ ਕੁੜੀ ਨੇ ਰੈਡੀ ਕਰਾਉਣਾ ਤਾਂ ਫਿਰ ਉਹ ਸੂਟ ਇਹਨਾਂ ਦਾ ਸਾਰਿਆਂ ਦਾ ਪ੍ਰਾਈਜ਼ ਰਹੂਗਾ, ਕਿਉਂਕਿ ਇਹ ਲਥਾਈ ਕਾਟਨ ਕਰਕੇ ਇਹਨਾਂ ਦਾ ਸਾਰਿਆਂ ਦਾ ਰੇਟ ਹਾਈ ਹੋਈ ਆਇਆ। ਉਸ ਤੋਂ ਬਾਅਦ ਇੱਕ ਆਹ ਵਾਲਾ ਆਇਆ, ਦੇਖੋ ਮੈਨੂੰ ਅੱਜ ਕਦੇ ਲੈਤਾ ਹੀ ਨਹੀਂ, ਦੇਖੋ ਸਿਰਫ ਫਰਕ ਕੀ ਹੈ, ਫਲਾਵਰਾਂ ਦਾ ਫਰਕ ਆ, ਅਤੇ ਫੈਬਰਿਕ ਜਮਾਂ ਸੇਮ ਆ, ਠੀਕ ਹੈ, ਅਤੇ ਇਹ ਥੋੜ੍ਹੇ ਜਿਹੇ ਜ਼ਿਆਦਾ ਫਲਾਵਰ ਆ ਗਏ ਅਤੇ ਨਿੱਕੀ ਨਿੱਕੀ ਆ ਗਈ, ਬੂਟੀ ਨਿੱਕੀ ਨਿੱਕੀ ਹੈ। ਇਹ ਸੂਟ ਦਾ ਪ੍ਰਾਈਜ਼ ਵੀ ਰਹੂਗਾ 1000, ਜਿਹਨਾਂ ਜਿਹਨਾਂ ਨੇ ਬਾਏ ਕਰਨੇ ਆ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ। ਉਸ ਤੋਂ ਬਾਅਦ ਦੇਖੋ, ਠੀਕ ਹੈ, ਆਹ ਵਾਲਾ ਆਪਣਾ ਸੂਟ ਹੈ, ਅਤੇ ਹੋਰ ਇਹ ਵਾਲੇ ਸੂਟ ਹੈਗੇ ਅੰਦਰ ਦਿਖਾ ਦੇ ਇੱਕ ਵਾਰੀ ਫਿਰ, ਆਹ ਵਾਲੇ ਸੂਟ ਹੈਗੇ 1000 ਦੇ ਸਾਰੇ ਸੂਟ, ਜਿਹੜਾ ਸਭ ਤੋਂ ਫਸਟ ਦਿਖਾ ਸੀ ਇਹ 900 ਦਾ, ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ, ਸ਼ਰਟਾਂ ਆਪਣੀਆਂ ਹੈਗੀਆਂ 1000 ਦੀਆਂ, 3 ਮਤਲਬ 1000 ਦੀਆਂ 3, ਜਿਹੜੇ ਆਹ ਆਪਣੇ ਸੂਟ ਪਾਏ ਇੱਧਰ ਦਿਖਾ ਦਿਓ ਅੰਦਰ, ਇਹ ਸਾਰੇ 650 ਦੇ ਆ, ਤੁਸੀਂ ਜਾਓ ਅਤੇ ਆਪਣਾ ਇਹ ਲਾ, ਜੂਨ ਤੁਹਾਨੂੰ ਪਤਾ ਵੀ ਲਾਸਟ ਕਰਕੇ ਆਪਾਂ ਸੇਲ ਲਾਈ ਆ, ਅਤੇ ਆਪਣਾ ਆਰਡਰ ਜਿਹੜਾ ਪਲੇਸ ਕਰੋ, ਅਤੇ ਬਾਕੀ ਦੋ ਸੂਟ ਮੇਰੇ ਰੈਡੀ ਹੋਈ ਜਾਂਦੇ ਆ, ਇੱਕ ਬਲੈਕ ਕਲਰ 'ਚ ਅਤੇ ਇੱਕ ਥੋੜ੍ਹਾ ਮਲਟੀ ਕਲਰ 'ਚ, ਜੇ ਉਹਨਾਂ ਨਾਲ ਦੇ ਆਪਣੇ ਕੋਲ ਸੂਟ ਅਵੇਲੇਬਲ ਵੀ ਹੈਗੇ ਆ, ਜਦੋਂ ਮੈਂ ਉਹ ਸੂਟ ਮੇਰੇ ਰੈਡੀ ਹੋ ਜਾਣਗੇ ਉਹ ਮੈਂ ਵੇਅਰ ਕਰੂੰਗੀ, ਅਤੇ ਤੁਹਾਨੂੰ ਦੱਸੂਗੀ ਕਿੰਨੇ ਕਿੰਨੇ ਸੂਟ ਆ, ਫਿਰ ਤੁਸੀਂ ਆਪਣਾ ਆਰਡਰ ਪਲੇਸ ਕਰ ਦੇਣਾ, ਉਹਨਾਂ ਟਾਈਮ ਤੁਸੀਂ ਕਰੋ ਜਾ ਕੇ ਸ਼ੋਪਿੰਗ ਆਪਣੇ ਆਹ ਸੂਟਾਂ 'ਚੋਂ, ਓਕੇ, ਅਤੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊ, ਜੇ ਵਲੌਗ ਵਧੀਆ ਲੱਗਿਆ ਤਾਂ ਆਪਣਾ ਆਰਡਰ ਪਲੇਸ ਕਰ ਦਿਓ। ਥੈਂਕ ਯੂ ਸੋ ਮੱਚ।